1984 ਦੇ ਵਿੱਚ ਵਾਪਰੇ ਸਿੱਖ ਕਤਲਿਆਂ ਨੂੰ ਲੈ ਕੇ ਸਿੱਖਾਂ ਦੇ ਮਨਾਂ ਦੇ ਵਿੱਚ ਅੱਜ ਤੱਕ ਰੋਸ ਹੈ। 84 ਦਾ ਹਿਸਾਬ ਸਿੱਖ ਹੁਣ ਤੱਕ ਮੰਗ ਰਹੇ ਨੇ, ਇਨਸਾਫ ਮੰਗਦੇ ਆ ਰਹੇ ਨੇ। ਇਸੇ ਨੂੰ ਲੈ ਕੇ 1984 ਕਤਲਿਆਂ ਦੇ 37 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਵੱਲੋਂ ਮਸ਼ਾਲ ਅਤੇ ਤਖਤੀਆਂ ਲੈ ਕੇ ਗੁਰਦੁਆਰਾ ਬਾਬਾ ਟਹਿਲ ਸਾਹਿਬ ਤੋਂ ਜਹਾਜ਼ ਚੌਂਕ ਤੱਕ ਮਾਰਚ ਕੱਢਿਆ ਗਿਆ, ਜਿਸ ਦੌਰਾਨ ਉਹਨਾਂ ਨੇ ਗੱਲਬਾਤ ਕਰਦਿਆਂ 1984 ਦੇ ਵਿੱਚ ਹੋਏ ਕਤਲਿਆਂ ਦੀ ਜਾਂਚ ਦੀ ਮੰਗ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਨਵੰਬਰ 1984 ਨੂੰ ਪੂਰੇ 37 ਸਾਲ ਹੋ ਗਏ। 1984 ਦੇ ਵਿੱਚ ਭਾਰਤ ਦੇ ਵੱਖ ਵੱਖ ਸ਼ਹਿਰਾਂ, ਮੇਨ ਕੇਂਦਰ ਜਿਹੜਾ ਦਿੱਲੀ ਰਿਹਾ, ਜਦੋਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾਂ 37 ਸਾਲਾਂ ਦੇ ਵਿੱਚ ਭਾਰਤ ਅੰਦਰ ਵੱਖ ਵੱਖ ਸਰਕਾਰਾਂ ਬਣੀਆਂ, ਕਿੰਨੇ ਅਨੇਕਾਂ ਹੀ ਕਮਿਸ਼ਨ ਬਣੇ ਜਿਨ੍ਹਾਂ ਨੇ ਸਿੱਖਾਂ ਨੂੰ ਇਹ ਵਾਅਦੇ ਕੀਤੇ ਕਿ ਤੁਹਾਨੂੰ ਇਨਸਾਫ ਦਿੱਤਾ ਜਾਊਗਾ, ਪਰ ਅੱਜ ਤੱਕ ਕਿਸੇ ਨੂੰ, ਸਿੱਖ ਨੂੰ ਕੋਈ ਇਨਸਾਫ ਨਹੀਂ ਮਿਲਿਆ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ ਇੱਕ ਛਲਾਵਾ ਰਿਹਾ, ਔਰ ਸਾਡਾ ਤਜਰਬਾ ਜ਼ਿਆਦਾ ਕਿ ਭਾਰਤ ਅੰਦਰ ਘੱਟ ਗਿਣਤੀ ਕੌਮਾਂ ਨੂੰ ਇਨਸਾਫ ਨਾ ਦੇਣਾ ਹੀ ਭਾਰਤੀ ਇਨਸਾਫ ਹੈ। ਸੋ ਅੱਜ ਅਸੀਂ ਗੁਰਦਾਸਪੁਰ ਸ਼ਹਿਰ ਦੇ ਵਿੱਚ, ਜਿੱਥੇ ਉਹਨਾਂ ਸ਼ਹੀਦਾਂ ਨੂੰ, ਕਤਲੇਆਮ ਹੋਏ ਸਿੱਖਾਂ ਨੂੰ ਜਿਨ੍ਹਾਂ ਦੀ ਅਰਦਾਸ ਕੀਤੀ ਹੈ ਔਰ ਉਹਨਾਂ ਨੂੰ ਯਾਦ ਕਰਦੇ ਹਾਂ, ਉੱਥੇ ਦੁਨੀਆ ਦੇ ਅੰਦਰ ਭਾਰਤ ਨੂੰ ਸ਼ਰਮਸ਼ਾਰ ਕਰਨ ਲਈ ਅਸੀਂ ਮਸ਼ਾਲ ਮਾਰਚ ਕਰ ਰਹੇ ਹਾਂ, ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਔਰ ਦੁਨੀਆ ਨੂੰ ਇਹ ਦੱਸ ਰਹੇ ਹਾਂ ਕਿ ਸਿੱਖ 37 ਸਾਲਾਂ ਬਾਅਦ ਵੀ ਇਸ ਕਤਲੇਆਮ ਨੂੰ ਨਹੀਂ ਭੁੱਲੇ, ਔਰ ਅਸੀਂ ਆਪਣੀਆਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਲਗਾਤਾਰ ਜਾਗਰੂਕ ਕਰਦੇ ਰਹਾਂਗੇ ਔਰ ਇਹਨਾਂ ਕਤਲੇਆਮਾਂ ਨੂੰ ਜਿਹੜਾ ਆ ਉਹ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਵਾਂਗੇ, ਤਾਂ ਕਿ ਇਹ ਦੁਬਾਰਾ ਇੱਦਾਂ ਦੀਆਂ ਚੀਜ਼ਾਂ ਨਾ ਵਾਪਰਨ। ਔਰ ਇਸ ਮੌਕੇ ਅਸੀਂ UN ਨੂੰ ਵੀ ਇਹ ਗੱਲ ਕਹਿੰਦੇ ਹਾਂ, ਬਾਰ ਬਾਰ ਹਰ ਸਾਲ ਕਹਿੰਦੇ ਹਾਂ ਕਿ ਉਹ ਛੋਟਿਆਂ ਮੁਲਕਾਂ ਦੇ ਖਿਲਾਫ਼ ਤਾਂ ਬੜੀ ਛੇਤੀ ਬਿਆਨਬਾਜ਼ੀ ਕਰਦੀ, ਟਵੀਟ ਕਰਦੀ ਹੈ, ਭਾਰਤ ਦੇ ਬਾਰੇ ਉਹਦਾ ਕਿਉਂ ਮੂੰਹ ਚੁੱਪ ਹੋ ਜਾਂਦਾ ਹੈ, ਕਿਉਂ ਉਹਦਾ ਜਿਹੜਾ ਮੂੰਹ ਖਾਮੋਸ਼ ਹੋ ਜਾਂਦਾ, ਉਹ ਇਹਦੇ ਬਾਰੇ ਵੀ ਬੋਲੇ, ਕਿਉਂ ਉਹ ਆਪਣੇ ਆਰਥਿਕ ਜਿਹੜੇ ਇੰਟਰਸਟ ਹੈ, ਜਿਹੜੇ ਉਹਦੇ ਇੰਟਰਸਟ ਹੈ ਵਪਾਰ ਦੇ, ਉਹਨਾਂ ਨੂੰ, ਸਾਡੀਆਂ ਇੱਛਾਵਾਂ ਨੂੰ ਕਿਉਂ ਉਹਦੇ ਥੱਲੇ ਕੁਚਲ ਰਹੇ ਆ। ਸੋ ਅਸੀਂ ਦੁਨੀਆ ਨੂੰ ਜਿੱਥੇ ਇਹ ਦੱਸ ਰਹੇ ਹਾਂ, ਉੱਥੇ UN ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰੇ ਔਰ ਸਿੱਖਾਂ ਦੇ ਮਸਲੇ ਨੂੰ ਸੰਜੀਦਾ ਢੰਗ ਦੇ ਨਾਲ ਨਜਿੱਠੇ, ਪੰਜਾਬ ਨੂੰ, ਕਿਉਂਕਿ ਇਹ ਸਾਰੀ ਚੀਜ਼ ਦਾ ਜਿਹੜਾ ਕਾਰਨ ਹੈ ਉਹ ਰਾਜਨੀਤਿਕ ਕਾਰਨ ਨੇ ਪੰਜਾਬ ਦੇ, ਔਰ ਜਿਹੜੇ ਉਹ ਰਾਜਨੀਤਿਕ ਕਾਰਨ ਨੇ ਉਹ ਪੰਜਾਬ ਦੇ ਸਵੈ ਨਿਰਣ ਦਾ ਜਿਹੜਾ ਹੱਕ ਹੈ ਉਹ ਦੇਣ ਦੇ ਨਾਲ ਹੀ ਹੱਲ ਹੋਣਗੇ। ਸੋ ਅਸੀਂ UN ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ, ਸਵੈ ਨਿਰਣ ਦਾ ਹੱਕ, ਜਿਹੜਾ ਰਾਏਸ਼ੁਮਾਰੀ ਦਾ ਹੱਕ ਹੈ ਉਹ ਦਿੱਤਾ ਜਾਵੇ, ਤਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਪੱਕੇ ਰੂਪ 'ਚ ਰੋਕ ਲੱਗ ਸਕੇ। ਅੱਜ ਤੋਂ 37 ਸਾਲ ਪਹਿਲਾਂ ਨਵੰਬਰ 1984 ਦੇ ਵਿੱਚ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਅਤੇ ਹੋਰ ਇਲਾਕਿਆਂ ਦੇ ਵਿੱਚ ਕੀਤੇ ਗਏ ਸਿੱਖ ਕਤਲੇਆਮ ਨੂੰ ਅੱਜ ਅਸੀਂ ਇੱਥੇ ਯਾਦ ਕਰ ਰਹੇ ਹਾਂ। ਸਾਡਾ ਇਹ ਮੰਨਣਾ ਆ ਕਿ ਇਸ ਹਿੰਦੁਸਤਾਨ ਦੇ ਵਿੱਚ ਨਾ ਤਾਂ ਸਾਨੂੰ ਉਸ ਕਤਲੇਆਮ ਦਾ ਅੱਜ ਤੱਕ ਇਨਸਾਫ ਮਿਲਿਆ ਆ ਅਤੇ ਨਾ ਹੀ ਅੱਗੇ ਮਿਲਣਾ ਆ, ਪਰ ਅਸੀਂ ਜਿਹੜੀਆਂ ਸੁਪਰ ਪਾਵਰਸ ਨੇ, ਯੂਨਾਈਟਿਡ ਨੇਸ਼ਨ ਆ, ਉਹਨਾਂ ਨੂੰ ਇਹ ਜ਼ਰੂਰ ਅਪੀਲ ਕਰਾਂਗੇ ਕਿ ਉਹ ਇਸ ਗੈਰ ਮਨੁੱਖੀ ਕਾਰੇ ਦੇ ਲਈ ਹਿੰਦੁਸਤਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ, ਉਹਨਾਂ ਨੂੰ ਸਵਾਲ ਪੁੱਛਣ ਔਰ ਜਿਹੜੇ ਬਣਦੇ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ ਔਰ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਵੇ ਔਰ ਇੱਥੇ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਕੀ ਉਹ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਨਹੀਂ। ਸੋ ਅਸੀਂ UN ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਦੇ ਵਿੱਚ ਇੰਟਰਵੀਨ ਕਰਨ, ਆਪਣੀ ਜਿਹੜੀ 37 ਸਾਲਾਂ ਦੀ ਚੁੱਪ ਆ ਉਹਨੂੰ ਤੋੜਨ ਔਰ ਹਿੰਦੁਸਤਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ। ਦੂਸਰੀ ਗੱਲ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ ਇਹ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿਹੜਾ ਅਜਾਇਬ ਘਰ ਆ ਉੱਥੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤਸਵੀਰਾਂ, ਪੇਂਟਿੰਗਸ ਲੱਗੀਆਂ ਹੋਈਆਂ ਆ, ਜਿਨ੍ਹਾਂ ਵੱਲ ਵੇਖ ਕੇ ਸਾਡੇ ਬੱਚੇ, ਸਾਡੇ ਅਗਲੀਆਂ ਪੀੜ੍ਹੀਆਂ ਜਿਹੜੀਆਂ ਆ ਉਹ ਆਪਣੇ ਇਤਿਹਾਸ ਤੋਂ ਜਾਣੂ ਹੁੰਦੀਆਂ ਆ। ਉਸੇ ਤਰਜ਼ ਦੇ ਉੱਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਤੁਸੀਂ ਅੱਜ ਤੋਂ 4 ਸਾਲ ਪਹਿਲਾਂ 6 ਨਵੰਬਰ 2017 ਨੂੰ ਇਹ ਮਤਾ ਪਾਇਆ ਸੀ ਕਿ ਜਿਹੜਾ ਨਵੰਬਰ 1984 ਦਾ ਕਤਲੇਆਮ ਆ ਉਹਦੇ ਨਾਲ ਸੰਬੰਧਿਤ ਤਸਵੀਰਾਂ ਜਾਂ ਪੇਂਟਿੰਗਸ ਜਿਹੜੀਆਂ ਆ ਇਹ ਲਿਖਦੇ ਹੋਏ ਕਿ ਹਿੰਦੁਸਤਾਨ ਨੇ ਸਾਡੇ ਨਾਲ ਕੀ ਕਾਰੇ ਕੀਤੇ ਨੇ ਇਸ ਮੁਲਕ ਦੇ ਵਿੱਚ, ਉਹ ਉਸ ਅਜਾਇਬ ਘਰ ਦੇ ਵਿੱਚ ਲਗਾਈਆਂ ਜਾਣਗੀਆਂ। ਪਰ 4 ਸਾਲ ਹੋ ਚੁੱਕੇ ਨੇ, ਤੁਸੀਂ ਆਪਣੇ ਕਦਮ ਅੱਗੇ ਨਹੀਂ ਵਧਾਏ। ਸੋ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਉਹ ਆਪਣੇ ਕਦਮ ਅੱਗੇ ਵਧਾਉਣ ਔਰ ਨਵੰਬਰ 1984 ਕਤਲੇਆਮ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਉੱਥੇ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕੀਤੀਆਂ ਜਾਣ।
ਜ਼ਿਕਰਯੋਗ ਹੈ ਕਿ 1984 ਨਵੰਬਰ ਮਹੀਨੇ ਦੇ ਵਿੱਚ ਇਹ ਸਿੱਖ ਕਤਲੇਆਮ ਵਾਪਰਿਆ ਸੀ ਜਿਸ ਦਾ ਇਨਸਾਫ ਸਿੱਖ ਅੱਜ ਤੱਕ ਮੰਗ ਰਹੇ ਨੇ। ਗੁਰਦਾਸਪੁਰ ਤੋਂ ਨੀਰਜ ਸਲਹੋਤਰਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਮੈਂ ਰੇਨੂ ਕਸ਼ਯਪ, ਕੋ ਕੈਸ਼ੀਅਰ ਮਹਿਲਾ ਮੋਰਚਾ ਬੀਜੇਪੀ ਪੰਜਾਬ। ਸਾਰੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਵਾਸਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ। ਸਭ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਹੋਵੇ। ਅਤੇ ਮੈਂ ਸਭ ਨੂੰ ਇਸ ਦੇ ਨਾਲ ਇੱਕ ਅਪੀਲ ਵੀ ਕਰਨਾ ਚਾਹੁੰਦੀ ਹਾਂ ਕਿ ਨੋ ਡਾਊਟ ਕਿ ਪੋਲਿਊਸ਼ਨ ਵੀ ਜਿਸ ਤਰ੍ਹਾਂ ਵੱਧ ਰਿਹਾ ਜਾਂ ਕੁਛ ਵੀ ਨੈਚੁਰਲ ਰਿਸੋਰਸਿਸ ਦੀ ਜਿਹੜੀ ਹਾਨੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਕਿਉਂ ਨਾ ਇੱਕ ਨਵਾਂ ਉਪਰਾਲਾ ਕੀਤਾ ਜਾਏ ਕਿ ਦੀਵਾਲੀ ਨੂੰ ਇਕੋ ਫਰੈਂਡਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਗ੍ਰੀਨ ਦੀਵਾਲੀ ਦੀ ਸੈਲੀਬ੍ਰੇਸ਼ਨ ਕਰੀਏ ਕਿ ਨੋ ਡਾਊਟ ਕਿ ਮੋਸਟ ਆਫ ਦਾ ਕਿਡਜ਼ ਜਿਹੜੇ ਹੈਗੇ ਆ ਕ੍ਰੈਕਰਸ ਵਗੈਰਾ ਵੱਲ ਦੇ ਓਲ ਆਰ ਵੈਰੀ ਇੰਟਰਸਟਿਡ। ਤੋ ਪੇਰੈਂਟਸ ਨੂੰ ਵੀ ਇੱਕ ਰਿਕੁਐਸਟ ਹੈ ਕਿ ਜਦੋਂ ਉਹ ਦੀਵਾਲੀ ਸੈਲੀਬ੍ਰੇਟ ਕਰਨ ਕ੍ਰੈਕਰਸ ਵਗੈਰਾ ਵੱਲ ਫੋੜਨ ਅਤੇ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦਾ ਧਿਆਨ ਰੱਖਣ। ਆਲ ਵਰਲਡ ਓਪਨ ਚੈਲੰਜ, ਤੁਰੰਤ ਸਮਾਧਾਨ। ਏ ਟੂ ਜ਼ੈਡ ਸਮੱਸਿਆਵਾਂ ਦਾ ਘਰ ਬੈਠੇ ਸਮਾਧਾਨ। 64 ਸ਼ਕਤੀਆਂ ਦੇ ਮਾਹਿਰ, 21 ਵਾਰ ਗੋਲਡ ਮੈਡਲਿਸਟ, ਵਰਲਡ ਫੇਮਸ ਬਾਬਾ ਸਰਤਾਜ ਖਾਨ। ਸਪੈਸ਼ਲਿਸਟ, ਗ੍ਰਹਿ ਕਲੇਸ਼, ਨੌਕਰੀ ਪ੍ਰਮੋਸ਼ਨ, ਕਾਰੋਬਾਰ 'ਚ ਰੁਕਾਵਟ, ਵਿਆਹ 'ਚ ਰੁਕਾਵਟ, ਸੰਤਾਨਹੀਨਤਾ, ਤਲਾਕ, ਕੋਰਟ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਸ਼ੀਕਰਨ, ਮੁਟਕਰਨੀ। ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ, ਸੰਪਰਕ ਕਰੋ ਵਰਲਡ ਫੇਮਸ ਬਾਬਾ ਸਰਤਾਜ ਖਾਨ ਦੇ ਨਾਲ। ਬਾਬਾ ਸਰਤਾਜ ਖਾਨ, 9988135987। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।